ਹੈਲੋ ਗਾਇਜ਼ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਬੀਏ ਸਮੈਸਟਰ 5th ਬੀਏ ਸਮੈਸਟਰ 5th ਦੀ ਇੰਗਲਿਸ਼ ਲਿਟਰੇਚਰ 6th ਉਸ ਦੀ ਜਿਹੜੀ ਆਪਣੀ ਪੋਇਮ ਹੈ ਆਫਟਰ ਬਲੈਨਮ ਰਿਟਨ ਬਾਈ ਰੋਬਰਟ ਸੌਦੀ ਸੋ ਇਸ ਦਾ ਕਾਮਨ ਕੁਐਸਚਨ ਹੈ ਜਿਹੜਾ ਉਹ ਆਪਾਂ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਸੋ ਸਟਾਰਟ ਕਰਦੇ ਹਾਂ ਰੋਬਰਟ ਸੌਦੀ ਇਜ਼ ਦਾ ਪੋएट ਆਫ ਦਾ ਪ੍ਰੈਜ਼ੈਂਟ ਪੋਇਮ ਆਫਟਰ ਬਲੈਨਮ ਇਸ ਪੋエム ਦਾ ਜਿਹੜਾ ਪੋਇਟ ਹੈ ਰੋਬਰਟ ਸੌਦੀ ਹੀ ਵਾਸ ਮੇਡ ਪੋएट ਲੋਰੈਂਟ ਇਨ 1813 ਲੋਰੇਟ ਲੋਰੇਟ ਹੁੰਦਾ ਹੈ ਰਾਜ ਕਵੀ ਯੋ ਰਾਜ ਕਵੀ ਬਣਾਇਆ ਗਿਆ ਉਸ ਨੂੰ 1813 ਦੇ ਵਿੱਚ ਆਲਥੋ ਹੀ ਵਾਸ ਨੋਟ ਅ ਫੇਮਸ ਪੋएट ਬਟ ਵਾਟ ਏਵਰ ਹੀ ਰੋਟ ਮੇਡ ਹਿਮ ਰਿਮਾਰਕੇਬਲ ਇਨ ਦਾ ਫੀਲਡ ਆਫ ਇੰਗਲਿਸ਼ ਲਿਟਰੇਚਰ ਹਾਲਾਂਕਿ ਕਹਿੰਦੇ ਉਹ ਬਹੁਤ ਹੀ ਜ਼ਿਆਦਾ ਫੇਮਸ ਰਾਈਟਰ ਹੈ ਜਿਹੜਾ ਉਹ ਨਹੀਂ ਸੀਗਾ ਪਰ ਜੋ ਕੁਝ ਵੀ ਉਸਨੇ ਲਿਖਿਆ ਉਸਨੇ ਉਸ ਨੂੰ ਰਿਮਾਰਕਏਬਲ ਅਨੋਖਾ ਇੱਕ ਕਵੀ ਬਣਾਇਆ ਹਿਸ ਮੋਸਟ ਸੈਲੀਬ੍ਰੇਟਡ ਪੋਇਮਸ ਜਿਹੜੀਆਂ ਉਸ ਦੀਆਂ ਮੋਸਟ ਸੈਲੀਬ੍ਰੇਟਡ ਫੇਮਸ ਜਿਹੜੀਆਂ ਪੋਇਮਸ ਨੇ ਆਰ ਦ ਸਕਾਲਰ ਐਂਡ ਦ ਬੈਟਲ ਆਫ ਬਲੈਨਮ ਇਹ ਦੋ ਜਿਹੜੀਆਂ ਪੋਇਮਸ ਨੇ ਉਸ ਦੀਆਂ ਫੇਮਸ ਬਲੈਨਮ ਇਜ਼ ਅ ਬਲੇਜ਼ ਇਨ ਆਪਣਾ ਬਵਾਰੀਆ ਜਿਹੜਾ ਬਲੈਨਮ ਹੈ ਉਹ ਇੱਕ ਪਿੰਡ ਦਾ ਨਾਮ ਹੈ ਬਿਵਾਰੀਆ ਦੇ ਵਿੱਚ ਇਨ ਜਰਮਨੀ ਜਰਮਨੀ ਦੇ ਵਿੱਚ ਸਥਿਤ ਹੈ। ਦ ਬੈਟਲ ਆਫ ਬਲੈਨਮ ਵਾਸ ਫਾਊਟ ਇਨ 1704 ਜਿਹੜਾ ਬਲੈਨਮ ਦੇ ਵਿੱਚ ਬਾਾਰ ਹੈ ਜਿਹੜਾ ਬੈਟਲ ਹੈ ਜਿਹੜਾ ਉਹ ਲੜਿਆ ਗਿਆ ਸੀਗਾ ਜੁੱਧ ਹੋਇਆ ਸੀਗਾ 1704 ਦੇ ਵਿੱਚ। ਬਿਟਵੀਨ ਦਾ ਇੰਗਲਿਸ਼ ਐਂਡ ਦਾ ਫ੍ਰੈਂਚ ਇੰਗਲਿਸ਼ ਅਤੇ ਫ੍ਰੈਂਚ ਦੇ ਵਿੱਚ ਇਹ ਯੁੱਧ ਜਿਹੜਾ ਹੋਇਆ ਸੀ। ਇਨ ਆਰਡਰ ਟੂ ਬ੍ਰਿੰਗ ਔਨ ਦਾ ਸਰਫੇਸ the uselessness of wars ਕਹਿੰਦਾ ਜਿਹੜੇ ਯੁੱਧ ਨੇ ਉਹਨਾਂ ਦੇ ਕੀ ਨਤੀਜੇ ਨਿਕਲਦੇ ਨੇ ਉਹਨਾਂ ਦੇ ਉੱਪਰ ਪਹੁੰਚਣ ਦੇ ਸਰਫੇਸ ਤੇ ਉਹਨਾਂ ਦੇ ਯੂਸਲੈਸਨੈਸ ਕੀ ਨੇ ਯੁੱਧ ਦੇ the poet presents three characters ਜਿਹੜੇ ਪੋਇਟ ਨੇ 3 ਕੈਰੈਕਟਰਸ ਨੇ ਜਿਹੜੇ ਉਹ ਪ੍ਰੈਜ਼েন্ট ਕੀਤੇ ਨੇ ਟਾਕਿੰਗ ਅਬਾਊਟ ਦਾ ਟੈਰੀਬਲ ਰਿਜ਼ਲਟਸ ਆਫ ਦਿਸ ਬੈਟਲ ਜਿਹੜੇ ਕੀ ਯੁੱਧ ਜਿਹੜਾ ਹੋਇਆ ਸੀਗਾ ਵਾਰ ਹੋਇਆ ਸੀ ਉਸ ਦੇ ਟੈਰੀਬਲ ਰਿਜ਼ਲਟ ਨੇ ਜਿਹੜੇ ਕੀ ਕੀ ਨਿਕਲੇ ਸੀ ਉਸ ਦੇ ਜਿਹੜੇ ਟੈਰੀਬਲ ਹੁੰਦਾ ਡਰਾਵ ਨੇ ਜਾਂ ਖਤਰਨਾਕ ਰਿਜ਼ਲਟ ਨਤੀਜੇ ਕਿ ਉਸ ਦੇ ਕਿਹੜੇ ਕਿਹੜੇ ਇਹ ਜੇ ਖਤਰਨਾਕ ਨਤੀਜੇ ਨਿਕਲੇ ਸੀਗੇ ਉਹਨਾਂ ਦੇ ਜਿਹੜੇ ਗਵਾਹ ਸੀਗੇ ਤਿੰਨ ਕੈਰੈਕਟਰ ਜਿਹੜੇ ਉਹਨਾਂ ਨੇ ਪੇਸ਼ ਕੀਤੇ ਨੇ ਦੇ ਆਰ 올ਡ ਕਾਸਪਰ 올ਡ ਕਾਸਪਰ ਸੀ ਹਿਸ ਗ੍ਰੈਂਡ ਚਿਲड्रन ਇੱਥੇ ਚਿਲड्रन ਕਰਨਾ ਸੌਰੀ ਗ੍ਰੈਂਡ ਚਿਲड्रन ਵਿਲੇਮਨ ਐਂਡ ਪੀਟਰ ਕਿਨ ਬਿਲਾਲਮਨ ਅਤੇ ਪੀਟਰ ਕਿਨ ਦੋਸਤ ਦੇ ਪੋਤੇ ਸੀਗੇ ਦਾ ਮੈਟਰ ਸਟਾਰਟਸ ਵੈਨ ਪੀਟਰ ਕਿਨ ਬ੍ਰਿੰਗਸ ਅ ਹਿਊਮਨ ਸਕਲ ਬਿਸਾਈਡ ਰਿਵਰ ਜਦੋਂ ਜਿਹੜਾ ਮੈਟਰ ਸਟਾਰਟ ਕਦੋਂ ਹੁੰਦਾ ਹੈ ਮਤਲਬ ਉਹ ਉੱਥੋਂ ਸਟਾਰਟ ਹੁੰਦਾ ਹੈ ਅਸਲ ਵਿੱਚ ਜਿਹੜਾ ਮੈਟਰ ਹੈ ਜਦੋਂ ਜਿਹੜਾ ਪੀਟਰ ਕਿਨ ਹੈ ਉਹ ਇੱਕ ਸਕਲ ਹਿਊਮਨ ਸਕਲ ਇੱਕ ਮਨੁੱਖ ਦੀ ਖੋਪੜੀ ਹੈ ਜਿਹੜੀ ਉਹ ਲੈ ਕੇ ਆਉਂਦਾ ਹੈ ਬਿਸਾਈਡ ਰਿਵਰ ਰਿਵਰ ਦੇ ਕੋਲੋਂ ਨਦੀ ਦੇ ਕੋਲੋਂ ਵਿਚ ਕੰਪੈਲਸ ਦਾ 올ਡ ਮੈਨ ਟੂ ਫਾਲ ਇਨਟੂ ਮੈਡੀਟੇਟਿਵ ਮੂਡ ਜਿਹੜਾ ਕਿ ਕੰਪੈਲ ਕਰਦਾ ਹੈ ਇੱਕ ਤਰ੍ਹਾਂ ਦਾ ਮਤਲਬ ਕੰਪੈਲ ਕਰਨਾ ਕਹਿ ਸਕਦੇ ਆਪਾਂ ਮਜਬੂਰ ਕਰਦਾ ਜਿੱਦਾਂ ਵੀ ਉਸ ਨੂੰ ਹੁੰਦਾ ਹੈ 올ਡ ਮੈਨ ਨੂੰ ਟੂ ਫਾਲ ਇਨਟੂ ਮੈਡੀਟੇਟਿਵ ਮੈਡੀਟੇਟਿਵ ਹੁੰਦਾ ਚਿੰਤਾ ਦੇ ਵਿੱਚ ਹੋਣਾ ਵੀ ਚਿੰਤਨ ਕਰਨਾ ਯਾਦ ਕਰਨਾ ਮੈਡੀਟੇਟਿਵ ਮੂਡ ਹੀ ਸਟਾਰਟਸ ਰਿਕਾਲਿੰਗ ਉਹ ਮਤਲਬ ਰਿਕਾਲਿੰਗ ਹੁੰਦਾ ਯਾਦ ਕਰਨਾ ਉਹ ਯਾਦ ਕਰਨਾ ਦੁਬਾਰਾ ਸਟਾਰਟ ਕਰਦਾ and expressing the story of the battle of blenim and its result ki yaad karda ho jidi matlab story si kahani si gi yuddh di blenim de jeha yuddh si ga usnu yaad karda ho jadon ate ohde ki ki nateeje nikle si ge eh usde dimaag vich zyada on lagde ne recalling hunda the skulls are the outcomes the skulls are the outcomes of the great victory the english had over the french ਜਿਹੜਾ ਇਹ ਸਕਲ ਸੀਗੀ ਉਹ ਲੈ ਕੇ ਆਇਆ ਸੀਗਾ ਖੋਪੜੀ ਇਹ ਕੀ ਸੀਗੀ ਆਊਟਕਮ ਇਸ ਤੋਂ ਆਊਟਕਮ ਮਿਲਦੀ ਹੈ ਆਊਟਕਮ ਮਤਲਬ ਕਿ ਪਤਾ ਚੱਲਦਾ ਇਸ ਤੋਂ ਆਫ ਦਾ ਗ੍ਰੇਟ ਵਿਕਟਰੀ ਬਹੁਤ ਵੱਡੀ ਜਿਹੜੀ ਵਿਕਟਰੀ ਹੋਈ ਸੀਗੀ ਇੰਗਲਿਸ਼ ਨੇ ਕੀਤੀ ਸੀ ਉਹ ਫ੍ਰੈਂਚ ਦੇ ਉੱਪਰ ਇੰਗਲਿਸ਼ ਜਿੱਤੇ ਸੀਗੇ ਫ੍ਰੈਂਚ ਨੂੰ ਹਰਾ ਕੇ ਦਾ ਹੋਲ ਬੈਟਲਫੀਲਡ ਇਜ਼ ਫੁੱਲ ਆਫ ਹਿਊਮਨ ਸਕਲਸ ਜਿਹੜਾ ਸਾਰਾ ਹੀ ਬੈਟਲਫੀਲਡ ਹੈ ਮਤਲਬ ਕਹਿੰਦੇ ਸਕਲਸ ਦੇ ਨਾਲ ਖੋਪੜੀਆਂ ਦੇ ਨਾਲ ਫੁੱਲਾ ਹੈ ਆਫ ਦੋਸ ਸੋਲਜਰਸ ਉਹਨਾਂ ਸੋਲਜਰਸ ਦਾ ਉਹਨਾਂ ਸਿਪਾਹੀਆਂ ਦੇ ਹੂ ਡਾਈਡ देयर ਫਾਈਟਿੰਗ ਫਾਰ देयर ਕੰਟਰੀਜ਼ ਜਿਹੜੇ ਆਪਣੇ ਦੇਸ਼ ਲਈ ਲੜਦੇ ਲੜਦੇ ਸ਼ਹੀਦ ਹੋ ਗਏ ਸੀਗੇ ਮਰ ਗਏ ਸੀਗੇ ਥੀਸ ਸਕਲਸ ਅਪੀਅਰਸ ਔਨ ਦਾ ਅਰਥ ਐਟ ਦਾ ਟਾਈਮ ਆਫ ਪਲੋਇੰਗ ਇਹ ਜਿਹੜੀ ਸਕਲਸ ਨੇ ਧਰਤੀ ਦੇ ਉੱਪਰ ਆ ਗਈਆਂ ਜਦੋਂ ਪਲੋਇੰਗ ਮਤਲਬ ਵਾਹਿਆ ਜਾ ਰਿਹਾ ਸੀਗਾ ਪਲੋਇੰਗ ਹੁੰਦਾ ਹੈ ਬਾਉਣਾ ਜਾਂ ਜੋਤਨਾ ਦੇ ਆਰ ਦਾ ਸਿੰਬਲਸ ਆਫ देयर ਬਰੇਵਰੀ ਐਂਡ देयर ਕਿਸਿੰਗ ਦਾ ਡਸਟ ਇਹ ਮਤਲਬ ਜਿਹੜੀਆਂ ਖੋਪੜੀਆਂ ਨੇ ਇਹ ਸਿੰਬਲ ਕਾਦਾ ਸੀਗਾ ਜਿਹੜੇ ਉਹ ਸੋਲਜਰ ਨੇ ਜਿਹੜੇ ਮਰੇ ਸੀਗੇ ਛਪਾਹੀ ਸਿਪਾਹੀ ਉਹਨਾਂ ਦੇ ਬਰੇਵਰੀ ਦਾ ਸਿੰਬਲ ਹੈ ਉਹਨਾਂ ਦੇ ਖੋਪੜੀਆਂ ਨੇ ਜਿਹੜੀਆਂ ਕਿ ਉਹ ਮਰ ਗਏ ਤੇ ਆਪਣੇ ਦੇਸ਼ ਲਈ ਕੰਟਰੀ ਲਈ ਲੜਦੇ ਲੜਦੇ ਯੰਗ ਪੀਟਰ ਕਿਨ ਇਜ਼ ਟੂ ਮੱਚ ਐਕਸਾਈਟਡ to know more about this battle ਜਿਹੜਾ ਯੰਗ ਪੀਟਰ ਕਨ ਹੈ ਉਹ ਪੀਟਰ ਕਿਨ ਹੈ ਉਹ ਬਹੁਤ ਜ਼ਿਆਦਾ ਐਕਸਾਈਟਡ ਹੈ ਹੋਰ ਵੀ ਜਾਣਨ ਵਾਸਤੇ ਇਸ ਬੈਟਲ ਦੇ ਬਾਰੇ ਵੀ ਹੋਰ ਕੀ ਕੀ ਹੋਇਆ the common people can never know why such battle takes place between the countries ਜਿਹੜਾ ਕਾਮਨ ਲੋਕ ਨੇ ਕਹਿੰਦੇ ਉਹ ਕਦੇ ਨਹੀਂ ਜਾਣ ਸਕਦੇ ਕਿ ਜਿਹੜੇ ਯੁੱਧ ਨੇ ਬੈਟਲਸ ਨੇ ਦੋ ਕੰਟਰੀਆਂ ਦੇ ਵਿਚਕਾਰ ਹਨ ਉਹ ਕਿਉਂ ਹੁੰਦੇ ਨੇ ਸੱਚ ਕੁਐਸਚਨਸ ਰਿਮੇਨ ਅਨਅਨਸਰਡ ਇਹੋ ਜਿਹੇ ਜਿਹੜੇ ਕੁਐਸਚਨ ਹੁੰਦੇ ਨੇ ਉਹ ਅਨਅਨਸਰਡ ਜਿਨ੍ਹਾਂ ਦਾ ਕੋਈ ਸਵਾਲ ਨਹੀਂ ਹੁੰਦਾ ਐਵੇਂ ਹੀ ਰਹਿ ਜਾਂਦੇ ਨੇ ਉਹ ਜਿਹੜੇ ਇਹੋ ਜਿਹੇ ਕੁਐਸਚਨ ਹੁੰਦੇ ਨੇ ਦਾ ਪੋਇਟ ਬਿਕਮਸ ਆਇਰਨੀਕਲ ਵੈਨ ਹੀ ਇਹ ਜਿਹੜਾ ਇਹ ਇੱਥੋਂ ਇਹ ਤਿੰਨ ਵਰਡ ਇਹ ਕੱਟ ਦਿਓ ਮੇਕਸ 올ਡ ਕਾਸਪਰ ਇਹ ਕੱਟ ਦਿਓ ਤੁਸੀਂ ਸਿਰਫ ਕੀ ਕਰਨਾ ਹੈ ਦੇਖੋ ਜਿਹੜਾ ਮੈਂ ਪੜਦਾ ਦਾ ਪੋਇਟ ਬਿਕਮਸ ਆਇਰਨੀਕਲ ਵੈਨ ਹੀ says ਇਥੇ ਸੇਜ਼ ਕਰ ਲਿਓ ਇਸ ਲਾ ਕੇ when he says again and again that the battle was a famous and a great victory ਜਿਹੜਾ ਪੋਇਟ ਹੈ ਉਹ ਇੱਕ ਆਇਰੋਨਿਕਲ ਹੈ ਮਤਲਬ ਇੱਕ ਆਇਰਨੀ ਪੇਸ਼ ਕਰਦਾ ਹੈ ਜਦੋਂ ਉਹ ਬਾਰ-ਬਾਰ ਕਹਿੰਦਾ ਹੈ ਕਿ ਜਿਹੜਾ ਇਹ ਯੁੱਧ ਸੀਗਾ ਉਹ ਗ੍ਰੇਟ ਫੇਮਸ ਸੀਗਾ ਉਹ ਬਹੁਤ ਜ਼ਿਆਦਾ ਫੇਮਸ ਸੀਗਾ ਅਤੇ ਗ੍ਰੇਟ ਵਿਕਟਰੀ ਸੀ ਅਤੇ ਬਹੁਤ ਵੱਡੀ ਵਿਕਟਰੀ ਸੀ ਆਇਰਨੀ ਮਤਲਬ ਉਹ ਆਇਰਨੀ ਹੈ ਉਹ ਇਸ ਯੁੱਧ ਨੂੰ ਵਧੀਆ ਨਹੀਂ ਕਹਿ ਰਿਹਾ ਹਾਲਕਿ ਇਹ ਕਹਿ ਰਿਹਾ ਕਿ ਯੁੱਧ ਬਹੁਤ ਜ਼ਿਆਦਾ ਫੇਮਸ ਸੀਗਾ ਤੇ ਗ੍ਰੇਟ ਵਿਕਟਰੀ ਸੀ ਪਰ ਅਸਲ ਦੇ ਵਿੱਚ ਉਹ ਇਹ ਚੀਜ਼ ਕਹਿ ਕੇ ਜਦੋਂ ਦੱਸਦਾ ਵਿੱਚ ਕਿ ਯੁੱਧ ਦੇ ਵਿੱਚ ਹੋਇਆ ਕੀ ਸੀ ਗ੍ਰੇਟ ਵਿਕਟਰੀ ਕਿਉਂ ਸੀ ਇੰਨੇ ਲੋਕ ਮਰੇ ਸੀ ਐਵੇਂ ਹੋਇਆ ਸੀ ਲੋਕਾਂ ਨਾਲ ਇਹ ਚੀਜ਼ ਕਹਿ ਕੇ ਉਹ ਇੱਕ ਆਇਰਨੀ ਪੇਸ਼ ਕਰ ਰਿਹਾ ਮਤਲਬ ਕਿ ਯੁੱਧ ਨੇ ਜਿਹੜੇ ਉਹਨਾਂ ਦਾ ਬੈਡ ਰਿਜ਼ਲਟ ਨੇ ਜਿਹੜੇ ਉਹ ਆਪਾਂ ਨੂੰ ਦੱਸ ਰਿਹਾ ਤੇ ਯੁੱਧ ਦੇ ਇੰਨੇ ਬੈਡ ਰਿਜ਼ਲਟ ਹੁੰਦੇ ਨੇ ਕਿ ਯੁੱਧ ਨਹੀਂ ਲੜੇ ਜਾਣੇ ਚਾਹੀਦੇ ਅਸਲ ਵਿੱਚ ਇਹ ਕਹਿਣਾ ਚਾਹੁੰਦਾ ਹੋ ਆਇਰਨਿਕਲ ਹੈ ਸੋ ਦੇਖੋ thousands of soldiers lost their lives ਜਿਹੜੇ ਹਜ਼ਾਰਾਂ ਹੀ ਜਿਹੜੇ ਸ਼ੋਲਡਰਸ ਨੇ ਉਹ ਮਾਰੇ ਗਏ ਸੀਗੇ ਜ਼ਿੰਦਗੀ ਖੋ ਬੈਠੇ ਸੀ ਆਪਣੀ many became homeless ਬਹੁਤ ਸਾਰੇ ਹੋਮਲੈਸ ਹੋ ਗਏ ਸੀਗੇ ਬੇਕਾਰ ਹੋ ਗਏ ਸੀ ਵੰਡਰਜ਼ ਵਿਦਆਊਟ ਸ਼ੈਲਟਰ ਘੁੰਮਦੇ ਸੀਗੇ ਬਿਨਾ ਕਿਸੇ ਉਹ ਤੋਂ ਜਦੋਂ ਜੁੱਧੂ ਹੋਇਆ ਸੀ ਨਾ ਘਰਵਾਰ ਸਾਰੇ ਨਸ਼ਟ ਹੋ ਗਏ ਸੀ ਤਾਂ ਉਹ ਬਿਨਾ ਘਰਵਾਰ ਤੋਂ ਬਿਨਾ ਕਿਸੇ ਸ਼ੈਲਟਰ ਤੋਂ ਸ਼ੈਲਟਰ ਹੁੰਦੀ ਹੈ ਮਤਲਬ ਪਨਾਹ ਤੋਂ ਬਿਨਾ ਕਿਸੇ ਪਨਾਹ ਤੋਂ ਘੁੰਮਦੇ ਸੀ ਮੈਨੀ ਫਲੈਡ ਅਵੇ ਫਲੈਡ ਨੂੰ ਦਾ ਭੱਜਣਾ ਮੈਨੀ ਫਲੈਡ ਅਵੇ ਫਰਮ देयर ਵਿਦ देयर ਫੈਮਿਲੀ ਮੈਂਬਰਸ ਬਹੁਤ ਸਾਰੇ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਇੱਥੋਂ ਭੱਜ ਗਏ ਸੀਗੇ ਕਿ ਯੁੱਧ ਹੋ ਰਿਹਾ ਹੈ ਨਿਊ ਬੋਰਨ ਬੇਬੀਜ਼ ਐਂਡ ਚਾਈਲਡਿੰਗ ਮਦਰਸ ਆਲਸੋ ਡਾਈਡ ਡਿਊਰਿੰਗ ਦਾ ਵਾਰ ਨਵੇਂ ਬੌਰਨ ਬੱਚੇ ਅਤੇ ਜਿਹੜੇ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਸੀਗੀਆਂ ਬਹੁਤ ਸਾਰੀਆਂ ਉਹ ਵੀ ਮਾਰੀਆਂ ਗਈਆਂ ਸੀਆਂ ਡਿਊਰਿੰਗ ਥ ਵਾਰ ਇਸ ਜਦੋਂ ਜੁੱਧ ਜਦੋਂ ਹੋ ਰਿਹਾ ਸੀਗਾ ਸਟਿਲ ਇਟ ਵਾਸ ਅ ਫੇਮਸ ਵਿਕਟਰੀ ਫੇਰ ਵੀ ਕਹਿੰਦਾ ਸਟਿਲ ਇਹ ਕੀ ਹੈ ਇੱਕ ਫੇਮਸ ਵਿਕਟਰੀ ਹੈ ਮਤਲਬ ਕਿ ਆਇਰਨੀ ਕਰ ਰਿਹਾ ਇਥੇ ਰਾਈਟਰ ਅੱਗੇ ਕੀ ਕਹਿ ਰਿਹਾ ði ਸ਼ੌਕਿੰਗ ਸਾਈਟ ਅਮਰਜਡ ਅਮਰਜ ਦਾ ਨਿਕੋ ਕੀ ਹੋਣਾ ði ਸ਼ੌਕਿੰਗ ਸਾਈਟ ਅਮਰਜਡ ਫਰੋਮ ði ਬੈਟਲ ਫੀਲਡ ਬੈਨ ਥਾਊਜ਼ੈਂਡ ਬੋਡੀਜ਼ ਲੇ ਸੋਟਿਲ ਸੋਟਿਲ ਹੁੰਦਾ ਸੜਨਾ ਲੇ ਸੋਟਿਲ ਇਨ ਦਾ ਸਨ ਇੱਕ ਸ਼ੌਕਿੰਗ ਇਹ ਸਾਈਟ ਵੀ ਨਿਕਲ ਕੇ ਬਾਹਰ ਆਈ ਸੀਗੀ ਕਿ ਜਦੋਂ ਬੈਟਲਫੀਲਡ ਦੇ ਵਿੱਚ ਹਜ਼ਾਰਾਂ ਹੀ ਜਿਹੜੀਆਂ ਬੋਡੀਜ਼ ਨੇ ਉਹ ਧੁੱਪ ਦੇ ਵਿੱਚ ਪਈਆਂ ਐਵੇਂ ਸੜ ਰਹੀਆਂ ਸੀ ਜਿਨ੍ਹਾਂ ਦਾ ਕੋਈ ਬਾਲੀ ਵਾਰਸ ਨਹੀਂ ਸੀ ਸਟਿਲ ਇਟ ਵਾਸ ਦਾ ਫੇਮਸ ਵਿਕਟਰੀ ਫਿਰ ਵੀ ਕਹਿੰਦਾ ਇਹ ਇੱਕ ਫੇਮਸ ਵਿਕਟਰੀ ਸੀ ਆਲ ਕ੍ਰੈਡਿਟ ਆਫ ਵਿਕਟਰੀ ਡਾਇਰੈਕਟਲੀ ਵੈਂਟ ਟੂ ਦਾ ਡਿਊਕ ਆਫ ਮਾਰਲਵਾ ਆਫ ਮਾਰਲਵਾ ਐਂਡ ਪ੍ਰਿੰਸ ਯੂਜ਼ਨ ਕਹਿੰਦਾ ਇਹ ਜਿਹੜੀ ਵਿਕਟਰੀ ਹੈ ਇਸ ਦਾ ਜਿਹੜਾ ਕ੍ਰੈਡਿਟ ਹੈ ਉਹ ਕਿਸ ਨੂੰ ਜਾਂਦਾ ਇੱਕ ਤਾਂ ਡਿਊਕ ਨੂੰ ਮਾਰਲਵਾਰਫ ਐਂਡ ਪ੍ਰਿੰਸ ਯੂਜ਼ਨ ਨੂੰ ਸਿਰਫ ਇਹਨਾਂ ਦੋਨਾਂ ਨੂੰ ਕ੍ਰੈਡਿਟ ਮਿਲਿਆ ਵਿਕਟਰੀ ਦਾ ਹਾਲਾਂਕਿ ਮਰੇ ਤਾਂ ਸਾਰੇ ਸੈਨਿਕ ਸੀਗੇ ਤਾਂ ਮਰੇ ਵੀ ਨਹੀਂ ਸੀ ਉਹਨਾਂ ਨੇ ਜਾਨਾਂ ਦਿੱਤੀਆਂ ਐਟ ਐਵਰੀ ਕੁਐਸਚਨ ਆਫ ਪੀਟਰ ਕਿਨ ਦ ਰਿਪਲਾਈ ਰਿਮੇਨਸ ਦ ਸੇਮ ਹਰ ਇੱਕ ਜਿਹੜਾ ਪੀਟਰ ਕੇਨ ਦਾ ਹਰ ਇੱਕ ਜਿਹੜਾ ਕੁਐਸਚਨ ਸੀ ਉਸ ਦਾ ਰਿਪਲਾਈ ਆ ਜਿਹੜਾ ਹਰ ਵਾਰ ਸੇਮ ਆਉਂਦਾ ਸੀ ਇਟ ਵਾਸ ਅ ਫੇਮਸ ਵਿਕਟਰੀ ਕਿ ਇਹ ਬਹੁਤ ਫੇਮਸ ਵਿਕਟਰੀ ਸੀ ਇਨ ਸ਼ਾਰਟ ਸ਼ਾਰਟ ਦੇ ਵਿੱਚ ਅਸੀਂ ਕਹਿ ਸਕਦੇ ਆ ਦ ਪੋਇਟ ਹੈਜ਼ ਯੂਜ਼ਡ ਆਇਰਨੀ ਇਨ ਆਰਡਰ ਟੂ ਸ਼ੋ ਦ ਬੈਡ ਰਿਜ਼ਲਟਸ ਆਫ ਐਵਰੀ ਵਾਰ ਐਂਡ ਬੈਟਲ ਅਸੀਂ ਸ਼ਾਰਟ ਦੇ ਵਿੱਚ ਇਹ ਕਹਿ ਸਕਦੇ ਆ ਕਿ ਜਿਹੜਾ ਪੋਇਟ ਹੈ ਉਸਨੇ ਇੱਕ ਆਇਰਨੀ ਯੂਜ਼ ਯੂਜ਼ ਕੀਤੀ ਹੈ ਇਹ ਕਿ ਜਿਹੜੇ ਯੁੱਧ ਹੁੰਦੇ ਨੇ ਤੇ ਬੈਟਲ ਹੁੰਦੇ ਨੇ ਉਹਨਾਂ ਦੇ ਜਿਹੜੇ ਰਿਜ਼ਲਟ ਨੇ ਉਹ ਬੁਰੇ ਹੁੰਦੇ ਨੇ ਕਹਿਣ ਦਾ ਮਤਲਬ ਕੋਈ ਯੁੱਧ ਨੂੰ ਬੁਰਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਸ ਲੈਸਨ ਦੇ ਥਰੂ ਸੋ ਇਹ ਸੀਗਾ ਆਪਣਾ ਇਹ ਪੋਇਮ ਸੋ ਜੇਕਰ ਚੰਗੀ ਲੱਗੀ ਆ ਸਾਨ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਔਰ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮਚ